हेलो, मेरा नाम चौधरी रजिंदर ने चलेगा ते मैं पनोरी नेजरों दा जाट हैगा। इत्थे सतगुरु अर्जन देव जी दे श्लोक आ रहे हैं जिहड़े कि चित बिरती दे सिख सन। चित बिरती चौथी बिरती, भगत कबीर जी भी चौथी बिरती दे सिगे ते नानक देव जी ते सारे सतगुरु चौथी बिरती दे सिगे, पर हर एक सतगुरु दे सिख ਨੂੰ ਇੱਕ ਪੌੜੀ ਤੋਂ ਚੱਕ ਕੇ ਦੂਜੀ ਪੌੜੀ ਤੇ ਇਦਾਂ ਲਿਆਂਦਾ। ਲਾਭ ਪਹਿਲੜੀ ਲਾਭ, ਦੂਜੀ ਲਾਭ, ਚੌਥੀ ਵੀ ਲਾਭ। ਲਾਹ ਹੁੰਦੀ ਜਿਹੜੀ, ਜਿਹਦੇ ਨਾਲ ਆਪਾਂ ਪਾਣੀ ਕੱਢੀ ਦਾ ਬਾਹਰ। ਇੱਦਾਂ ਸਿੱਖ ਨੂੰ ਕਿੱਦਾਂ ਚੱਕ ਕੇ ਇੱਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਆਂਦਾ। ਇਹਦਾ ਪੇਜ ਹੈਗਾ 544। ਨਾਨਕ ਸੋਈ ਸਿਮਰੀਏ, ਨਾਨਕ ਕਹਿੰਦੇ ਵੀ ਉਹੀ ਉਹਨੂੰ ਸਿਮਰੋ, ਉਹਨੂੰ ਯਾਦ ਕਰੋ। ਹਰ ਜਿਉ ਜਾ ਕੇ ਕਲ ਧਾਰੀ ਰਾਮ, ਕਲਯੁਗ ਵਿੱਚ ਜਿਹਦੀ ਆਪਾਂ ਮੱਤ ਲੈਣੀ ਹੈਗੀ, ਯਾਨੀ ਕਿ ਕਲਯੁਗ ਵਿੱਚ ਨਾਮ ਪ੍ਰਧਾਨ ਹੈਗਾ ਕੀਰਤਨ, ਇਸ ਕਰਕੇ ਉਹਨੂੰ ਸਿਮਰੋ ਜਿਹਦਾ ਕੀਰਤਨ ਕਰਨਾ ਤੁਸੀਂ। ਗੁਰਮੁਖ ਮਨੋ ਨਾ ਵਿਸਰੇ, ਗੁਰਮੁਖ ਜਿਹੜੇ ਹੁੰਦੇ ਸੀਲ ਟੂ ਸਰਵ ਗੋਡ, ਇਹ ਗੁਰ ਨਾਲ ਬੋਲਦੇ ਨੇ, ਢੰਗ ਨਾਲ ਬੋਲਦੇ ਨੇ। ਮੁੱਖ ਹੁੰਦਾ ਮੂੰਹ, ਗੁਰ ਹੁੰਦਾ ਢੰਗ, ਆਲ ਪਤਾਲ ਨਹੀਂ ਬੋਲਦੇ। ਜਿਹੜਾ ਚਤੁਰ ਚੜਾਕ ਹੁੰਦਾ ਉਹ ਆਲ ਪਤਾਲ ਬੋਲ ਕੇ ਮੂੰਹ ਚੋਂ ਝੱਗ ਕੱਢਦਾ ਹੈਗਾ, ਇਹ ਗੁਰਮੁਖ ਨਹੀਂ ਝੱਗ ਕੱਢਦੇ, ਆਪਣਾ ਸੋਚ ਸਮਝ ਕੇ ਬੋਲਦੇ ਨੇ। ਜੇ ਨਹੀਂ ਕਿਸੇ ਨੂੰ ਪਸੰਦ ਤਾਂ ਚੁੱਪ ਕਰ ਜਾਂਦੇ ਨੇ, ਐਵੇਂ ਨਹੀਂ ਉਹ। ਇਹਨਾਂ ਨੇ ਭਾਂਡਾ ਨਹੀਂ ਸਲਾਉਣਾ ਹੁੰਦਾ, ਇਹਨਾਂ ਨੇ ਮਗਰ ਨਹੀਂ ਲਾਉਣੇ, ਅੰਨਾ ਮਗਰ ਲੱਗਦਾ। ਇਹਨਾਂ ਨੇ ਸਾਥੀ ਜਿਹੜੇ ਗੁਰਮੁਖ ਹੈਗੇ ਉਹ ਇੱਕ ਦੂਜੇ ਦੀ ਕਰਦੇ ਨੇ ਕਦਰ। ਗੁਰਮੁਖ ਮਨੋ ਨਾ ਵਿਸਰੇ, ਗੁਰਮੁਖ ਦੇ ਮਨ ਚੋਂ ਨਹੀਂ ਵਿਸਰਦਾ ਹਰ ਦਾ ਨਾਮ। ਹਰ ਜਿਉ ਕਰਤਾ ਪੁਰਖ ਮੁਰਾਰੀ ਰਾਮ, ਉਹ ਕਰਤਾ ਪੁਰਖ ਜਿਹੜਾ ਹੈਗਾ ਉਹਦੇ ਮਨ ਚੋਂ ਨਹੀਂ ਵਿਸਰਦਾ। ਦੁੱਖ ਰੋਗ ਨਾ ਭਉ ਵਿਆਪੇ, ਨਾ ਉਹਨੂੰ ਕੋਈ ਦੁੱਖ ਹੁੰਦਾ ਹੈਗਾ, ਨਾ ਉਹਨੂੰ ਕੋਈ ਰੋਗ, ਜਿਹੜਾ ਤ੍ਰਿਸ਼ਨਾ ਦਾ ਰੋਗ ਮਨ ਨੂੰ ਜਿਹੜਾ ਹੈਗਾ ਦੁੱਖ ਨੂੰ ਹੁੰਦਾ, ਤਨ ਨੂੰ ਦੁੱਖ ਰੋਗ ਲੱਗਦਾ, ਮਨ ਨੂੰ ਕਾਮ ਕ੍ਰੋਧ ਮੰਕਾਰ ਦਾ, ਨਾ ਭਉ, ਨਾ ਉਹਦਾ ਭਉ ਹੁੰਦਾ ਡਰ ਅਕਾਲ ਪੁਰਖ ਦਾ, ਨਾ ਉਹ ਡਰ ਹੁੰਦਾ ਹੈਗਾ। ਜਦੋਂ ਚੌਥੀ ਬਿਰਤੀ 'ਚ ਚਲਾ ਜਾ, ਅਕਾਲ ਪੁਰਖ 'ਤੇ ਆਦਮੀ 'ਚ ਕੋਈ ਫਰਕ ਨਹੀਂ ਹੁੰਦਾ। ਵਿਆਪੇ ਜਿਤਨੀ ਹਰ ਹਰ ਧਿਆਇਆ, ਜਿਨ੍ਹਾਂ ਨੇ ਹਰ ਹਰ ਦਾ ਨਾਮ ਧਿਆਇਆ ਉਹਨਾਂ ਨੂੰ ਕੋਈ ਡਰ ਨਹੀਂ ਹੁੰਦਾ, ਕਿਉਂ ਉਹਨਾਂ ਨੇ ਹਰ ਇੱਕ ਚੀਜ਼ ਲੌਜੀਕਲੀ ਥਿੰਕ ਕਰਨੀ। ਜਦੋਂ ਲੌਜੀਕਲੀ ਥਿੰਕ ਕੀਤੀ, ਆਪਣੇ ਪੱਲਿਓ ਤਾਂ ਕੁਛ ਪਾਇਆ ਨਹੀਂ ਹੈਗਾ ਨਾ, ਜੋ ਅਕਾਲ ਪੁਰਖ ਦਾ ਹੈਗਾ ਉਹੀ ਉਹਨਾਂ ਨੇ ਰੱਖ ਦਿੱਤਾ ਮੂਹਰੇ ਕੱਢ ਕੇ। ਸੰਤ ਪ੍ਰਸਾਦ ਤਰੇ ਭਵ ਜਲ, ਭਵ ਜਲ ਪੂਰਬ ਲਿਖਿਆ ਪਾਇਆ। ਸੰਤ ਪ੍ਰਸਾਦ, ਸੰਤ ਦਾ ਪ੍ਰਸਾਦ ਕੀ ਹੈਗਾ? ਸੰਤ ਜਦੋਂ ਵਿਆਖਿਆ ਕਰਕੇ ਦੱਸਦੇ ਨਾ ਆਪਣੇ ਸ਼ਬਦ ਦੀ ਲੌਜੀਕਲ ਰੀਜ਼ਨਿੰਗ ਨਾਲ, ਉਹ ਪ੍ਰਸਾਦ ਹੁੰਦਾ ਹੈਗਾ ਤਤ ਮੋਲ। ਹਰੇਕ ਓਂਕਾਰ ਸਤਿਗੁਰ ਪ੍ਰਸਾਦ ਜਿਹੜਾ ਨਾ, ਉਹੀ ਸੱਤ ਦਾ ਗੁਰ ਦਾ ਪ੍ਰਸਾਦ ਜਿਹੜਾ ਹੈਗਾ ਉਹ ਸੰਤ ਕਰਦੇ ਨੇ ਸਤਿਗੁਰ ਦੇ ਹਿਸਾਬ ਨਾਲ। ਐਵੇਂ ਨਹੀਂ ਆਲ ਪਤਾਲ ਨਹੀਂ ਬੋਲਦੇ, ਹਰੇਕ ਵਿਆਖਿਆ ਕਰਕੇ ਦੱਸਦੇ ਜੜੋਂ ਉੱਪਰ ਲੈ ਕੇ ਜਾਂਦੇ ਨੇ। ਸੰਤ ਪ੍ਰਸਾਦ ਤਰੇ ਭਵਜਲ, ਭਵਜਲ ਇਹ ਜਿਹੜਾ ਭਵਜਲ ਹੈਗਾ ਦੁਨੀਆਂ ਦਾ ਕਲਯੁਗ ਦਾ, ਜਿੱਥੇ ਕਿ ਲੋਕ ਗੁੰਮਰਾਹ ਹੁੰਦੇ ਨੇ। ਹੁਣ ਦੇਖ ਲਓ ਜਿਹੜਾ ਰਿਫਿਊਜੀ ਆ ਰਹੇ ਨੇ ਉਧਰੋਂ ਮਿਡਲ ਈਸਟ 'ਚੋਂ, ਇੱਧਰ ਇੰਗਲੈਂਡ ਵਗੈਰਾ ਜਾਂ ਹੋਰ, ਇਹ ਭਵਚਲ ਵਿੱਚ ਘੁੰਮ ਰਹੇ ਨੇ। ਇਹਨਾਂ ਨੂੰ ਤਰਨ ਦਾ ਨਹੀਂ ਆਉਂਦਾ ਵੀ ਕਿੱਦਾਂ ਤਰੀ ਦਾ ਕਿੱਦਾਂ ਇਸ ਵਿੱਚੋਂ, ਇਹ ਸ਼ਬਦ ਰਾਹੀਂ ਤਰ ਹੁੰਦਾ। ਇਹਨਾਂ ਨੂੰ ਚਾਹੀਦੀ ਹੈਗੀ ਬਾਣੀ ਸਮਝਣੀ, ਤਾਂ ਕਿ ਇਹਨਾਂ ਨੂੰ ਜਿਹੜੇ ਦੁੱਖ ਹੈਗੇ ਨੇ ਇਹ ਮਿਟ ਜਾਣ, ਇਹਨਾਂ ਦੇ ਆਪਣੇ ਮੁਲਕ 'ਚ ਰਹਿਣ ਅਤੇ ਉੱਥੇ ਹੀ ਉਹਦਾ ਸ਼ੈਤਾਨ ਦਾ ਮੁਕਾਬਲਾ ਕਰਨ। ਸੰਤ ਪ੍ਰਸਾਦ ਤਰੇ ਭਵ ਜਲ, ਪੂਰਬ ਲਿਖਿਆ ਪਾਇਆ, ਪਹਿਲਾਂ ਹੀ ਧੁਰ ਤੋਂ ਪੂਰਬ ਲਿਖਿਆ ਹੁੰਦਾ, ਉਹਨੂੰ ਇਨਾਮ ਮਿਲਦਾ, ਉਹੀ ਇਹ ਤਰਦਾ। ਤਦੇ ਕਹਿੰਦੇ ਰੈਮਨੈਂਟ ਹੈਗੇ ਨੇ, ਵਿਰਲਾ ਹੀ ਕੋਈ ਕੋਈ ਹੁੰਦਾ। ਵੱਜੀ ਵਧਾਈ ਮਨ ਸ਼ਾਂਤ ਆਇਆ ਜੀ, ਫਿਰ ਵੱਜੀ ਵਧਾਈ
ਫਿਰ ਬਹੁਤ ਆਪਣੇ ਖੁਸ਼ੀ ਹੁੰਦੀ ਮਨ ਨੂੰ ਅਤੇ ਉਹਦੀ ਵਾਹਵਾ ਹੁੰਦੀ ਹੈਗੀ ਅਤੇ ਮਨ ਸ਼ਾਂਤ ਆ, ਮਨ ਨੂੰ ਸ਼ਾਂਤ ਆ ਜਾਂਦੀ ਕਿ ਉਹ ਤੁਸੀਂ ਲੌਜੀਕਲ ਰੀਜਨਿੰਗ ਨੇ ਕੀਤੀ, ਆਲ ਪਤਾਲ ਨਹੀਂ ਨਾ ਬੋਲਿਆ, ਮਨ ਨੂੰ ਵੀ ਤਸੱਲੀ ਹੋਈ ਵੀ ਹਾਂ ਠੀਕ ਕਹਿ ਰਿਹਾ ਹੈਗਾ। ਮਿਲਿਆ ਪੁਰਖ ਅਪਾਰੀ, ਉਹ ਫਿਰ ਮੂਰਖ ਮਿਲਿਆ ਪੁਰਖ ਅਪਾਰੀ, ਜਿਹੜਾ ਅਕਾਲ ਪੁਰਖ ਉਹਨੂੰ ਮਿਲ ਜਾਂਦਾ ਹੈਗਾ, ਸ਼ਬਦ ਮਿਲਾਵਾ ਹੋਏ, ਸ਼ਬਦ ਨਾਲ ਉਹ ਉਹਦੇ ਨਾਲ ਮਿਲ ਜਾਂਦੇ ਨੇ। ਬਲਵੰਤ ਨਾਨਕ ਸਿਮਰ ਹਰ ਹਰ ਇਚ ਪੁੰਨੀ ਹਮਾਰੀ, ਸਤਿਗੁਰੂ ਨਾਨਕ ਦੇਵ ਜੀ ਬੇਨਤੀ ਕਰਦੇ ਨੇ ਕਿ ਅਕਾਲ ਪੁਰਖ ਨੂੰ ਸਿਮਰੋ, ਸਿਮਰ ਹਰ ਹਰ। ਹਰ ਇੱਕ ਹਰ ਹੁੰਦਾ ਮਨ ਲਈ, ਦੂਜਾ ਹੁੰਦਾ ਬੁੱਧੀ ਲਈ। ਇਹਨਾਂ ਦੋਨਾਂ ਆਦਮੀਆਂ ਨੇ ਹਰ ਸਿਮਰਨਾ ਹੈਗਾ। ਜਿਹੜਾ ਹੁੰਦਾ ਹੈਗਾ ਹੋਮੀ ਬਿਰਤੀ ਚ ਹੋਵੇ ਉਹ ਨਹੀਂ ਸਿਮਰ ਸਕਦਾ, ਕਿ ਉਹਦੇ ਸੁਰਤੀ ਹੈ ਨਹੀਂ, ਇਹ ਸੁਰਤੀ ਉਪਦੇਸ਼ ਹੈਗਾ ਨਾ, ਅਤੇ ਇਸ ਕਰਕੇ ਉਹੀ ਜਿਹੜਾ ਸੁਰਤੀ ਹੈਗੀ ਉਹੀ ਸਮਝਣਗੇ, ਜਿਹੜੇ ਹੈਗੇ ਮਨ ਦੇ ਚੇਲੇ ਅਤੇ ਬੁੱਧੀ ਦੇ ਚੇਲੇ। ਗੁਰਮੁਖ ਗੁਣਵੰਤ ਨਾਨਕ ਸਿਮਰ ਹਰ ਹਰ ਇੱਛ ਪੁੰਨੀ ਹਮਾਰੀ, ਜਿਹੜੀ ਹਮਾਰਾ ਇੱਛ ਇੱਛ ਜਿਹੜੀ ਮੇਰੀ ਦਿਲ ਦੀ ਆਪਣੀ ਤਾਂ ਸੀਗੀ, ਜਿਹੜੀ ਮਨ ਦੀ ਇੱਛ ਸੀਗੀ ਵੀ ਮੈਨੂੰ ਆਹ ਚੀਜ਼ ਪ੍ਰਾਪਤ ਹੋ ਜਾਏ, ਉਹ ਫਿਰ ਪੁੰਨੀ ਹਮਾਰੀ, ਉਹ ਪਿਛਲੇ ਪੁਣਾ ਪੁੰਨ ਕੀਤੇ ਹੋਏ ਸੀ ਜਿਹੜੇ ਤਦ ਤੋਂ ਪਿੱਛੇ ਪੁੰਨ ਕੀਤੀਏ ਤਾਂ ਇਸ ਫਲ ਜਿਹੜਾ ਹੁਣ ਮਿਲਦਾ ਹੈਗਾ। ਇਹਨੂੰ ਕ੍ਰਾਈਸਟ ਫਿਲਪ ਕਹਿੰਦਾ, ਵੀ ਸੋ ਇਨ ਦੀ ਵਿੰਟਰ ਐਂਡ ਵੀ ਰੀਪ ਇਨ ਦੀ ਸਮਰ। ਵਿੰਟਰ ਹੈਗੀ ਜਦੋਂ ਪੰਡਿਤ ਹੁੰਦੇ ਨੇ ਆਪਾਂ ਨੂੰ ਦੱਸਦੇ ਵੀ ਆਹ ਕੰਮ ਕਰਨਾ, ਆਹ ਕੰਮ ਕਰਨਾ, ਪੁੰਨ ਕਰਨਾ, ਆਹ ਕਰਨਾ, ਉਹ ਜਿਹੜੇ ਕੰਮ ਕੀਤੇ ਹੁੰਦੇ ਪੁੰਨ ਵਗੈਰਾ ਜਾਂ ਹੋਰ, ਉਹਦਾ ਜਿਹੜਾ ਫਲ ਹੈਗਾ ਉਹ ਫਿਰ ਕਲਯੁਗ ਵਿੱਚ ਪੱਕਦਾ ਹੈਗਾ। ਉਹ ਜਿਹੜਾ ਪੁੰਨ ਕੀਤਾ ਸੀ ਪਿਛਲਾ ਉਹ ਹੁਣ ਪੱਕ ਗਿਆ ਹੈਗਾ, ਮੇਰੀ ਇੱਛ ਪੂਰੀ ਹੋ ਗਈ ਸਤਿਗੁਰੂ ਦੇ ਨਾਲ। ਸਤਿਗੁਰੂ ਸੂਰਜ ਹੈਗਾ, ਸੂਰਜ ਦੀ ਕਿਰਨਾਂ ਨਾਲ ਇਹ ਪੱਕ ਜਾਂਦਾ ਹੈਗਾ। ਇਹ ਹੈਗੀ ਇਹਦੀ ਵਿਆਖਿਆ। ਬਾਕੀ ਹੈਗਾ ਇਹ ਬਾਣੀ ਦੀ ਸਮਝ ਉਹਨੂੰ ਆਉਂਦੀ ਜਿਹਦੇ ਤੁਰ ਮਸਤਕ ਵਿੱਚ ਲਿਖੀ ਹੋਏਗੀ, ਅਤੇ ਹਰ ਇੱਕ ਦੇ ਨਹੀਂ ਸਮਝ ਆਉਂਦੀ ਕਿ ਜੋ ਵਿਆਖਿਆ ਮੈਂ ਕਰਨੀ ਹੈਗੀ ਉਹ ਹੋਰ ਨੇ ਨਹੀਂ ਕਰਨੀ ਹੈਗੀ, ਪਰ ਉਹਨੂੰ ਤੁਸੀਂ ਸਮਝੋ, ਜੇ ਸਮਝੋਗੇ ਤਾਂ ਤੁਹਾਡੇ ਦਿਲ ਵਿੱਚ ਬੈਠੂਗੀ ਤਾਂ ਓਨਾ ਹੀ ਤੁਹਾਨੂੰ ਹੋਏਗਾ ਫਿਰ ਖੁਸ਼ੀ ਹੋਏਗੀ, ਜਿੰਨੀ ਮੈਨੂੰ ਹੁੰਦੀ ਦਿਲ ਵਿੱਚ ਜਦੋਂ ਵਿਆਖਿਆ ਕਰਦਾ ਮੈਂ।